ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਸਕਦੇ ਹੋ ਇਸਦੇ ਬੱਚੇ ਦੇ ਖਾਰਿਸ਼ ਪਈ ਹੋਈ ਆ ਅਤੇ ਇਸਦੀ ਮੈਡੀਸਨ ਚੱਲ ਰਹੀ ਆ ਅਤੇ ਪ੍ਰੋਪਰ ਇਸਦਾ ਇਲਾਜ ਹੋਏਗਾ। ਤੁਸੀਂ ਦੇਖ ਸਕਦੇ ਇਸਦੀ ਮਦਰ ਵੀ ਅਤੇ ਆਪਣੀ ਡਾਇਟ ਖਾ ਰਿਹਾ ਇਹ ਬੱਚਾ, ਜੋ ਕਿ ਆਪਾਂ ਇਹਨਾਂ ਨੂੰ ਡੇਲੀ ਡਾਇਟ ਪਾਉਂਦੇ ਹਾਂ ਅਤੇ ਲੋਕ ਇਹਨਾਂ ਨੂੰ ਸੜਕ 'ਤੇ ਰਹਿੰਦੇ ਅਤੇ ਲੋਕਾਂ ਨੂੰ ਬਿਸਕਿਟ ਵੀ ਪਾ ਜਾਂਦੇ ਆ, ਇਸ ਕਾਰਨ ਇਹਨਾਂ ਨੂੰ ਖਾਰਿਸ਼ ਪੈ ਜਾਂਦੀ ਹੈ। ਅਤੇ ਸਾਡਾ ਮੇਨ ਮੋਟਿਵ ਹੁੰਦਾ ਹੈ ਪਲੀਜ਼ ਬੱਚਿਆਂ ਨੂੰ ਦੁੱਧ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਦਿਆ ਕਰੋ ਅਤੇ ਪਲੀਜ਼ ਇਹਨਾਂ ਨੂੰ ਬਿਸਕਿਟ ਨਾ ਪਾਇਆ ਕਰੋ ਮਿੱਠੇ, ਜੋ ਕਿ ਇਹਨਾਂ ਦੀ ਖਾਰਿਸ਼ ਦੀ ਵਜ੍ਹਾ ਬਣ ਜਾਂਦੀ ਹੈ ਅਤੇ ਸਕਿਨ ਖਰਾਬ ਹੋ ਜਾਂਦੀ ਅਤੇ ਬਹੁਤ ਜ਼ਿਆਦਾ। ਅਤੇ ਗਰਮੀ ਆ ਰਹੀ ਹੈ, ਪਲੀਜ਼ ਤੁਸੀਂ ਇਹਨਾਂ ਦਾ ਪਾਣੀ ਦਾ ਇੰਤਜ਼ਾਮ ਵੀ ਕਰ ਸਕਦੇ, ਜਾਂ ਕਿ ਸਾਨੂੰ ਇੰਨੀ ਪਿਆਸ ਲੱਗਦੀ ਹੈ ਤਾਂ ਬੱਚਿਆਂ ਨੂੰ ਵੀ ਪਿਆਸ ਲੱਗਦੀ, ਇਸ ਕਾਰਨ ਘਰ ਆਪਣੇ ਬਾਹਰ ਪਾਣੀ ਦਾ ਸੋਰਸ ਕੋਈ ਡੂੰਘਾ ਕੁਛ ਵੀ ਰੱਖ ਸਕਦੇ ਜਾਂ ਕਿ ਇਹ ਪਾਣੀ ਪੀ ਸਕਣ। ਦੇਖ ਸਕਦੇ ਹੋ ਤੁਸੀਂ ਖਾਰੀ ਇਸ ਬੱਚੇ ਦੀ, ਜ਼ਖਮ ਸੁੱਕ ਰਹੇ ਨੇ, ਮੈਡੀਸਨ ਦੇ ਰਹੇ ਨੇ ਆਪਾਂ ਇਹਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰਿਆਂ ਦਾ ਜੀ।